42 ਸਾਲਾ ਮੌਲਾਨਾ ਆਦਮ ਦੇ 5 ਬੱਚੇ ਹਨ, ਪਰ ਉਹ ਉਹਨਾਂ ਨੂੰ ਚੇਚਕ ਦਾ ਟੀਕਾ ਨਹੀਂ ਲਗਵਾਉਣਾ ਚਾਹੁੰਦੇ। ਇਸ ਦਾ ਕਾਰਨ ਇਸ ਪਿੰਡ ਦੀ ਵਾਇਰਲ ਹੋਈ ਇਹ ਵੀਡੀਓ ਹੈ। ਨਿਊਜ਼ ਚੈਨਲ ਵਿੱਚ ਵਿਖਾਇਆ ਗਿਆ ਕਿ ਇੱਥੇ ਬੱਚਿਆਂ ਨੂੰ ਮੀਜ਼ਲਸ ਅਤੇ ਰੁਬੇਲਾ ਦੇ ਟੀਕੇ ਬੱਚੇ ਪੈਦਾ ਕਰਨ ਦੀ ਸਮਰੱਥਾ ਨੂੰ ਖਤਮ ਕਰਨ ਲਈ ਲਗਾਏ ਜਾ ਰਹੇ ਹਨ, ਤਾਂ ਜੋ ਭਾਰਤ ਵਿੱਚ ਮੁਸਲਮਾਨਾਂ ਦੀ ਜਨਸੰਖਿਆ ਵਧਣ ਤੋਂ ਰੋਕੀ ਜਾਵੇ। ਪਰ ਇਸ ਵੀਡੀਓ ਨੂੰ ਐਡਿਟ ਕੀਤਾ ਹੋਇਆ, ਅਸਲ ਕਲਿੱਪ ਮੁਤਾਬਿਕ ਇਹ ਟੀਕਾ ਸੁਰੱਖਿਅਤ ਹੈ। ਪਰ ਮੌਲਾਨਾ ਇਹ ਗੱਲ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਇਹ ਵੀਡੀਓ ਫੇਕ ਹੈ। ਬਿਮਾਰੀ ਤਾਂ ਕੁਦਰਤੀ ਹੈ, ਜੋ ਵੀ ਹੋਣੇ ਵਾਲੀ ਹੈ, ਲੇਕਿਨ ਐਸੀ ਬਾਤ ਸੁਣਤੇ ਤੋ ਕਿਸੀ ਕੋ ਵੀ ਮੈਂ ਡਰ ਤੋਂ ਲੱਗਤਾ ਹੈ ਨਾ। ਮੀਜ਼ਲਸ ਅਤੇ ਰੁਬੇਲਾ ਰਾਹੀਂ ਹਰ ਸਾਲ ਭਾਰਤ ਵਿੱਚ 50,000 ਜਾਨਾਂ ਬਚਾਉਣ ਦਾ ਦਾਅਵਾ ਕੀਤਾ ਜਾਂਦਾ ਹੈ। ਸਰਕਾਰ ਨੇ ਸਕੂਲਾਂ ਵਿੱਚ ਮੁਫਤ ਮੈਡੀਕਲ ਕੈਂਪ ਸ਼ੁਰੂ ਕੀਤੇ ਹਨ, ਪਰ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਇੱਥੇ ਨਹੀਂ ਭੇਜ ਰਹੇ, ਜਿਸ ਕਾਰਨ ਬਹੁਤੇ ਬੱਚੇ ਇਸ ਟੀਕੇ ਤੋਂ ਵਾਂਝੇ ਰਹਿ ਰਹੇ ਹਨ। ਸੋਸ਼ਲ ਮੀਡੀਆ ਪੇ ਜਿਤਨੀ ਵੀ ਸਿਹਤ ਕਰਮਚਾਰੀ ਇਨ ਅਫਵਾਹਾਂ ਨੂੰ ਖਤਮ ਕਰਨ ਲਈ ਸਥਾਨਕ ਲੀਡਰਾਂ ਤੱਕ ਪਹੁੰਚ ਕਰ ਰਹੇ ਹਨ, ਪਰ ਹਾਲੇ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਇਸ ਲਈ ਇਹ ਇੰਜੈਕਸ਼ਨ ਨਿਕਾਲੇ ਹਨ। ਸੋਸ਼ਲ ਮੀਡੀਆ ਪੇ ਜਿਤਨੀ ਵੀ ਇਸ ਕੇ ਖਿਲਾਫ ਜੋ ਖਬਰ ਆਤੀ ਹੈ ਉਸ ਪਰ ਯਕੀਨ ਹਮੇ ਉਨਕੀ ਬਾਤ ਕੋ ਮਾਨਨਾ ਚਾਹੀਏ। ਹਮਾਰੇ ਜ਼ਿਲ੍ਹੇ ਸੇ ਆਤੇ ਹਾਲਾਂਕਿ ਫੇਕ ਨਿਊਜ਼ ਨੂੰ ਰੋਕਣ ਲਈ ਵਟਸਐਪ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਵਟਸਐਪ ਨੇ ਮੈਸੇਜਸ ਨੂੰ ਫਾਰਵਰਡ ਕਰਨ ਦੀ ਸੀਮਾ ਵੀ ਤੈਅ ਕੀਤੀ ਹੈ, ਜਿਸ ਵਿੱਚ ਇੱਕ ਸ਼ਖਸ 5 ਵਾਰ ਤੋਂ ਜ਼ਿਆਦਾ ਮੈਸੇਜ ਫਾਰਵਰਡ ਨਹੀਂ ਕਰ ਸਕਦਾ। ਪਰ ਭਾਰਤ ਵਿੱਚ 20 ਕਰੋੜ ਯੂਜ਼ਰਸ ਦੇ ਨਾਲ ਸਪਸ਼ਟ ਰੂਪ ਤੋਂ ਇਹ ਕਦਮ ਕਾਫੀ ਨਹੀਂ ਹੈ। ਗੁਜਰਾਤ ਤੋਂ ਡੇਵੀਨਾ ਗੁਪਤਾ ਦੀ ਰਿਪੋਰਟ।